ਲੋਈ ਦੋਸਤੋ ਅੱਜ ਦੀ ਵੀਡੀਓ ਬਹੁਤ ਖਾਸ ਵੀਡੀਓ ਹੋਣ ਜਾ ਰਹੀ ਆ ਅੱਜ ਨਾਲ ਤੁਹਾਨੂੰ ਦਿਖਾਉਣੇ ਆ ਜਿਹੜਾ ਇੱਥੇ ਜਿਹੜੀ ਬਿਲਡਿੰਗ ਬਣੀ ਆ ਜਾਂ ਗੇਟ ਬਣਿਆ ਅੰਗਰੇਜ਼ਾਂ ਮੌਕੇ ਦੇ ਜਾਨੀ ਕਿ ਕਹਿ ਲਿਏ ਜਿਵੇਂ ਮੇਡ ਇਨ ਇੰਗਲੈਂਡ ਟਰੈਕਟਰ ਹੁੰਦੇ ਆ ਨਾ ਉਹ ਗੱਲ ਆ ਗੇਟ ਦੇ ਵਿੱਚ ਵੇਖੋ ਖਾਸੀਅਤਾਂ ਵੀ ਗੇਟ ਜਦੋਂ ਬੰਦ ਹੁੰਦਾ ਸੀਗਾ ਦੇਖਣ ਨੂੰ ਕਿ ਬਾਹਰ ਕੌਣ ਆਇਆ ਵਾ ਤੇ ਕਿੰਨਾ ਮਜ਼ਬੂਤ ਗੇਟ ਬਣਿਆ ਹੋਇਆ ਵਾ ਰੈਪਟਾਂ ਲੱਗੀਆਂ ਹੋਈਆਂ ਗੇਟ ਦੇ ਵਿੱਚ ਸਭ ਤੋਂ ਜਿਹੜੀ ਮੇਨ ਚੀਜ਼ ਹੈਗੀ ਆ ਤੇ ਆ ਦੇਖੋ ਰੇਲ ਦੀ ਪਰਡੀ ਵਾਲੇ ਗਾਡਰ ਲੱਗੇ ਹੋਏ ਆ ਉਸ ਟਾਈਮ ਦੇ ਤਕਨੀਕ ਦੇਖੋ ਕੀ ਹੋਊਗੀ ਇਸ ਨੂੰ ਕਿਵੇਂ ਕਮਾਇਆ ਗਿਆ ਇਸ ਨੂੰ ਤੇ ਇਸ ਤੋਂ ਅੱਗੇ ਹੋਰ ਜੇ ਤੁਖਾਈਏ ਇਸ ਬਿਲਡਿੰਗ ਦੇ ਬਾਰੇ ਇਹ ਅੱਜ ਆਪਾਂ ਹੈਗੇ ਹੁਸੈਨੀ ਵਾਲਾ ਹੁਸੈਨੀ ਵਾਲੇ ਦੇ ਵਿੱਚ ਆ ਇੱਥੇ ਟ੍ਰੇਨ ਜਿਹੜੀ ਆ ਆਪਾਂ ਕੁਝ ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀ ਕਿ ਟ੍ਰੇਨ ਦੀ ਜਿਹੜੀ ਹੈਗੀ ਆ ਪਰਡੀ ਹੁੰਦੀ ਸੀ ਜਿਹੜੇ ਪਿੱਲਰ ਆ ਜਿਹੇ ਖੜੇ ਆ ਉਹ ਪਿੱਲਰਾਂ ਦੀ ਵੀਡੀਓ ਬਣਾਈ ਸੀ ਹੁਣ ਵੀ ਤੁਹਾਨੂੰ ਉਹ ਪਿੱਲਰ ਮੈਂ ਦਿਖਾਉਣਾ ਵਾਂ ਪਰ ਉਦੋਂ ਦੇਖੋ ਵੀ ਇੱਟ ਕਿੰਨੀ ਵਧੀਆ ਲੱਗੀ ਸੀ ਅੱਜ ਤੱਕ ਕਿੰਨੀ ਮਜ਼ਬੂਤ ਖੜੀ ਆ ਪਤਾ ਨਹੀਂ ਕਿੰਨੇ ਸਾਲ ਹੋ ਗਏ ਆ 100 ਸਾਲ ਹੋ ਗਿਆ ਜਾਂ ਜ਼ਿਆਦਾ ਹੋ ਗਿਆ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਬਿਲਡਿੰਗ ਕਿੰਨੀ ਵਧੀਆ ਤੁਸੀਂ ਇੱਥੇ ਆ ਸਕਦੇ ਆ ਘੁੰਮ ਸਕਦੇ ਆ ਦੇਖ ਸਕਦੇ ਆ ਤੇ ਇਧਰਲੇ ਪਾਸੇ ਹੈਗੀ ਆ ਜੀ ਇਹ ਜਿਹੜੀ ਰੇਲ ਲਾਈਨ ਸੀ ਹੁਣ ਇਸ ਦੇ ਉੱਪਰ ਬਿਜਲੀ ਵਾਲੇ ਖੰਭੇ ਲਗਾ ਦਿੱਤੇ ਗਏ ਆ ਪਰ ਇਹ ਰੇਲ ਲਾਈਨ ਹੁੰਦੀ ਸੀ ਜਿਹੜੀ ਕਿ ਲਾਹੌਰ ਤੋਂ ਚੱਲ ਕੇ ਦਿੱਲੀ ਜਾਂ ਅੱਗੇ ਨਿਕਲਦੀ ਸੀ ਤਾਂ ਮੈਂ ਜਿਵੇਂ ਉਸ ਦਿਨ ਆਪਾਂ ਗੱਲ ਕੀਤੀ ਸੀ ਕਿ ਤਕਨੀਕ ਕਿੰਨੀ ਵਧੀਆ ਹੋਊਗੀ ਕਿ ਦਰਿਆ ਦੇ ਵਿੱਚ ਪਿੱਲਰ ਅੱਜ ਵੀ ਉਵੇਂ ਖੜੇ ਆ ਜੇ ਇਸ ਪਿੱਲਰ ਨੂੰ ਆਪਾਂ ਹਟਾਉਣਾ ਚਾਹੀਏ ਮੇਰੇ ਹਿਸਾਬ ਨਾਲ ਹਟਾਉਣਾ ਵੀ ਬਹੁਤ ਔਖਾ ਹੋ ਜਾਊਗਾ ਕਿਉਂਕਿ ਪਿੱਲਰ ਇੰਨੇ ਮਜ਼ਬੂਤ ਬਣੇ ਹੋਏ ਆ ਜਿਹੜੀ ਇਹ ਬਿਲਡਿੰਗ ਬਣੀ ਆ ਇਹ ਵੀ ਬਹੁਤ ਖਾਸ ਆ ਅ ਜਿਆਦਾਤਰ ਇੱਕ ਚੀਜ਼ ਹੋਰ ਆ ਇੱਥੇ ਮੈਂ ਇੱਕ ਚੀਜ਼ ਨੋਟ ਕੀਤੀ ਹੁਸੈਨੀਆਲਾ ਬਾਰਡਰ ਤੇ ਵੀ ਗਿਆ ਜਿਆਦਾ ਲੋਕਾਂ ਨੂੰ ਇੱਥੋਂ ਦਾ ਇਤਿਹਾਸ ਨਹੀਂ ਪਤਾਗਾ ਵੀ ਇਹ ਬਿਲਡਿੰਗ ਕਿਵੇਂ ਸੀ ਜਿੰਨਾ ਕੁ ਮੈਨੂੰ ਪਤਾ ਕਿ ਇਹ ਅ ਬਿਲਡਿੰਗ ਜਿਹੜੀ ਬਣੀ ਆ ਇਹਦਾ ਇਤਿਹਾਸ ਇਹ ਹੈਗਾ ਵਾ ਵੀ ਇੱਥੇ ਰੇਲ ਲੰਘਦੀ ਸੀ ਹੋ ਸਕਦਾ ਸਟੇਸ਼ਨ ਹੋਵੇ ਇਧਰੋਂ ਵੀ ਉੱਪਰੋਂ ਦਿਖਾਉਣਾ ਤੁਹਾਨੂੰ ਮੈਂ ਸਟੇਸ਼ਨ ਹੋਊਗਾ ਇਹ ਤੇ ਇਸ ਨੂੰ ਬਹੁਤ ਜਾਨੀ ਕਿ ਜਿਵੇਂ ਕਹਿ ਲੋ ਕਿ ਖੂਫੀਆ ਤਰੀਕੇ ਵਾਂਗੂ ਰੱਖਿਆ ਗਿਆ ਸੀ ਕਿ ਜੇ ਕੋਈ ਇੱਥੇ ਆਉਂਦਾ ਵੀ ਸੀ ਤਾਂ ਗੇਟ ਜਦੋਂ ਬੰਦ ਹੁੰਦਾ ਸੀ ਤਾਂ ਪਹਿਲਾਂ ਚੈੱਕ ਕੀਤਾ ਜਾਂਦਾ ਕਿ ਬਾਹਰ ਕੌਣ ਖੜਾ ਵਾ ਸਾਰੀਆਂ ਜਗ੍ਹਾਾਂ ਤੋਂ ਕੀ ਚੀਜ਼ ਸੀ ਇਹ ਉਹ ਆਪਾਂ ਇਸ ਬਾਰੇ ਪੂਰੀ ਨੌਲੇਜ ਮੈਨੂੰ ਨਹੀਂ ਹੈਗੀ ਹੋਰ ਕਿਸੇ ਵੀਰ ਨੂੰ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਤੁਸੀਂ ਆ ਸਕਦੇ ਹੋ ਤੇ ਦੱਸ ਸਕਦੇ ਹੋ ਤੇ ਮਜ਼ਬੂਤੀ ਜਿਹੜੀ ਆਪਾਂ ਤਾਂ ਅੱਜ ਗੱਲ ਮਜ਼ਬੂਤੀ ਦੀ ਕਰ ਰਹੇ ਆਂ ਤੇ ਉਸ ਟਾਈਮ ਦੀ ਤਕਨੀਕ ਦੀ ਕਰ ਰਹੇ ਆਂ ਵੀ ਕਿੰਨੀ ਪੁਰਾਣੀ ਤਕਨੀਕ ਆ ਤੇ ਕਿੰਨੀ ਵਧੀਆ ਤਕਨੀਕ ਇਹ ਦੇਖੋ ਇਹ ਇੱਥੇ ਗੇਟ ਬੰਦ ਜਦੋਂ ਕੀਤਾ ਜਾਂਦਾ ਸੀ ਤੇ ਇਹਦੇ ਵਿੱਚ ਜਿਹੜਾ ਚੂਨਾ ਯੂਜ਼ ਕੀਤਾ ਜਾਂਦਾ ਸੀਗਾ ਇਹ ਚੂਨੇ ਵਾਲੀ ਚਣਾਈ ਆ ਚੂਨਾ ਬਹੁਤ ਮਜ਼ਬੂਤ ਆ ਯਾਨੀ ਕਿ ਆਪਾਂ ਜਿੰਨੀਆਂ ਵੀ ਇਤਿਹਾਸਕ ਬਿਲਡਿੰਗਾਂ ਦੇਖਦੇ ਆ ਉਹ ਚੂਨੇ ਨਾਲ ਬਣੀਆਂ ਹੋਈਆਂ ਤੇ ਇਧਰਲੇ ਪਾਸੇ ਟ੍ਰੇਨ ਜਿਹੜੀ ਲੰਘਦੀ ਸੀ ਆ ਤੁਸੀਂ ਇੱਕ ਪਿੱਲਰ ਜਿਹੜਾ ਮਿੱਟੀ 'ਚ ਦੱਬਿਆ ਹੋਇਆ ਦੇਖ ਸਕਦੇ ਹੋ ਇਪਲਰ ਉਹ ਆ ਤੇ ਇਸ ਦਾ ਇਤਿਹਾਸ ਜਿਹੜਾ ਵਾ ਜੈਨਕਿ ਵੀ ਹੁਣ ਜਿਹੜਾ ਅੱਗੇ ਆ ਸੈਨੀ ਵਾਲਾ ਬਾਰਡਰ ਦੇ ਬਿਲਕੁਲ ਕੋਲੇ ਜਾ ਕੇ ਜਿੱਥੇ ਭਗਤ ਸਿੰਘ ਜੀ ਰਾਜਗੁਰੂ ਸੁਖਦੇਵ ਜੀ ਉਹਨਾਂ ਦੀ ਸਮਾਦ ਬਣੀ ਹੋਈ ਆ ਮਾਤਾ ਪੰਜਾਬ ਕੌਰ ਦੀ ਸਮਾਦ ਬਣੀ ਹੋਈ ਆ ਉਹ ਆਪਾਂ ਉਸ ਦਿਨ ਤੁਹਾਨੂੰ ਦਿਖਾਇਆ ਸੀ ਉੱਥੇ ਇੱਕ ਟ੍ਰੇਨ ਦਾ ਡੱਬਾ ਹੈਗਾ ਵਾ ਜਿਹਦੇ ਵਿੱਚ ਦਿਖਾਇਆ ਜਾਂਦਾ ਕਿ ਇਸ ਦਾ ਇਤਿਹਾਸ ਕੀ ਆ ਜਿੰਨਾ ਕੁ ਵੀ ਦੱਸਿਆ ਜਾਂਦਾ ਵਾ ਪਰ ਜ਼ਿਆਦਾ ਨਹੀਂ ਤੇ ਆਪਾਂ ਅੱਜ ਦੀ ਵੀਡੀਓ ਦਾ ਸਿਰਫ ਮੰਤਵ ਇਹੇ ਆ ਕੇ ਤਕਨੀਕ ਜੋ ਵੀ 게ਟਾਂ ਦੀ ਦੇਖੋਗੇ ਇੱਥੇ ਫੇਰ ਦੇਖੋ ਇਹ 게ਟ ਆ ਤੇ ਇਹ ਮੇਰੇ ਸਾਹਮਣੇ ਜੋ ਕਸ਼ਾ ਰੇਲਵੇ ਦਾ ਵਾ ਆ ਦੇਖੋ ਉੱਪਰ ਇਹ ਰੇਲਵੇ ਦੇ ਜਾਨੀ ਕਿ ਗਾਡਰਾਂ ਨਾਲ ਜਿਹੜੀ ਲੀਨ ਵਾਲੀ ਬਣਾਈ ਗਈ ਆ ਪੌੜੀ ਦੇਖੋ ਕਿੰਨੀ ਮਜ਼ਬੂਤ ਬਣਾਈ ਗਈ ਹੋਊਗੀ ਉਸ ਟਾਈਮ ਦੇ ਵਿੱਚ ਉੱਪਰ ਜਿਹੜੇ ਦੇਖੋ ਉਹ ਵੀ ਰੇਲਵੇ ਦੇ ਜੋ ਕਸ਼ਾ ਰੇਲਵੇ ਦਾ ਯੂਜ਼ ਕੀਤਾ ਗਿਆ ਜਿਵੇਂ ਕਿ ਮੈਂ ਤੁਹਾਨੂੰ ਉੱਥੇ ਦਿਖਾਇਆ ਇੱਥੇ ਵੀ ਆਹਾ ਗੇਟ ਨੂੰ ਖੋਲਣ ਤੋਂ ਪਹਿਲਾਂ ਦੇਖਿਆ ਜਾਂਦਾ ਕਿ ਬਾਹਰ ਕੌਣ ਖੜਾ ਵਾ ਆ ਦੇਖੋ ਇਧਰਲੇ ਪਾਸੇ ਵੀ ਉਹੀ ਚੀਜ਼ ਵੀ ਆ ਜਿੰਨੀ ਵੀ ਆ ਵੀ ਜਾਨੀ ਕਿ ਰੇਲਵੇ ਦਾ ਸੀਗਾ ਸਿਸਟਮ ਸਾਰਾ ਜਿਹੜਾ ਉਹਨਾਂ ਦਾ ਵਿਭਾਗ ਜਿਵੇਂ ਕਹਿ ਲਈਏ ਅੱਜ ਦੇ ਟਾਈਮ 'ਚ ਜਿਵੇਂ ਰੇਲਵੇ ਵਿਭਾਗ ਹੈਗਾ ਵਾ ਤੇ ਉਹ ਰੇਲਵੇ ਦੀ ਬਿਲਡਿੰਗ ਬਣੀ ਹੋਈ ਹੈ ਇਹ ਤੇ ਰੇਲਵੇ ਸਟੇਸ਼ਨ ਹੁੰਦਾ ਸੀ ਇਹ ਆਪਾਂ ਇਹਨੂੰ ਰੇਲਵੇ ਸਟੇਸ਼ਨ ਕਹਿ ਸਕਦੇ ਹਾਂ ਬਾਕੀ ਅੱਜ ਦੀ ਵੀਡੀਓ ਕਿਹੋ ਜਿਹੀ ਲੱਗੀ ਜਰੂਰ ਦੱਸਿਓ ਆ ਆ ਦੇਖੋ ਇੱਥੇ ਨਿਗਰਾਨੀ ਰੱਖਣ ਨੂੰ ਬਣਾਇਆ ਗਿਆ ਵਾ ਇਹ ਇਹ ਹੋ ਸਕਦਾ ਬਾਅਦ ਵਿੱਚ ਬਣਾਇਆ ਗਿਆ ਹੋਵੇ ਜਾਂ ਇਹ ਵੀ ਉਦੋਂ ਦਾ ਹੋਊਗਾ ਤੇ ਅੱਜ ਦੀ ਵੀਡੀਓ ਕਿਹੋ ਜੀ ਲੱਗੀ ਜਰੂਰ ਦੱਸਿਓ ਜੀ ਤੇ ਇਹ ਸਤਲੁਜ ਦਰਿਆ ਜਿਹੜਾ ਹੈਗਾ ਵਾ ਇਸ ਦੇ ਬਿਲਕੁਲ ਨੇੜੇ ਆ ਇਹ ਆਹ ਦੇਖੋ ਦਰਿਆ ਇਧਰਲੇ ਪਾਸੇ ਤੋਂ ਦਰਿਆ ਦੇਖ ਸਕਦੇ ਹੋ ਵੀਡੀਓ ਦੇਖਣ ਲਈ ਬਹੁਤ ਧੰਨਵਾਦ